ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸ਼ ਗੱਲਾਂ ਹੁੰਦੀਆਂ ਸੁਣੀਆਂ ਸੜਾਈਆਂ ਕੀਤੀਆਂ ਜਾਂਦੀਆਂ ਕੋਸ਼ ਗੱਲਾਂ ਹੁੰਦੀਆਂ ਜਿਹੜੀਆਂ ਅਸਲੀਅਤ ਤੇ ਕੁਝ ਹੋਰ ਹੁੰਦੀਆਂ ਤੇ ਬਿਆਨ ਆਪਾਂ ਕੁਝ ਹੋਰ ਕਰ ਜਾਂਦੇ ਆ ਮੈਂ ਸਭ ਤੋਂ ਪਹਿਲਾਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹਣਾ ਕਿ ਜਿਹੜਾ ਆਕਾਲ ਸਰ ਅਗੀਠਾ ਸਾਹਿਬ ਮਸਤੂਆਣਾ ਇਹ ਇੱਕ ਮਸਤੂਆਣੇ ਦੀ ਵੱਡੀ ਜਥੇਬੰਦੀ ਸੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਤੇ ਇਹ ਜਥੇਬੰਦੀ ਦੀ ਬਹੁਤ ਸਾਰੀ ਜਾਇਦਾਦ ਵੀ ਸੀ ਇਹ ਸਾਲ 1964 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ ਦੇ ਸੈਕਸ਼ਨ 7 3 ਥੱਲੇ 7 ਦਾ ਸਬਸੈਕਸ਼ਨ 3 ਥੱਲੇ ਇਹ ਨੋਟੀਫਿਕੇਸ਼ਨ ਹੋ ਕੇ ਇਹ ਜਿਹੜੀ ਜ਼ਮੀਨ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੋਟੀਫਿਕੇਸ਼ਨ ਕਰ ਦਿੱਤੀ ਗਈ ਸੀ ਔਰ ਇਹਦੇ ਨੋਟੀਫਿਕੇਸ਼ਨ ਦੇ ਖਿਲਾਫ ਇਹ 14/2/1966 ਨੂੰ ਲਾਲ ਸਿੰਘ ਵਗੈਰਾ ਨੇ ਹਾਈ ਕੋਰਟ ਦੇ ਵਿੱਚ ਇਹਦੀ ਇਹਦੇ ਖਿਲਾਫ ਅਪੀਲ ਪਾਈ ਟਰਿਬਿਊਨਲ ਦੇ ਫੈਸਲੇ ਦੇ ਖਿਲਾਫ ਤੇ ਉਹਦੇ ਵਿੱਚ ਫਿਰ ਇਹ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀ ਇਹ ਪਟੀਸ਼ਨ ਵੀ ਰੱਦ ਹੋ ਗਈ ਇਹਨਾਂ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਇਸ ਜ਼ਮੀਨ ਨੂੰ ਨੋਟੀਫਿਕੇਸ਼ਨ ਦੇ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਇਦਾਦ ਐਲਾਨਿਆ ਗਿਆ। ਹੁਣ ਇੱਥੇ ਇੱਕ ਸਵਾਲ ਇਹ ਵੀ ਕਈ ਠਾਉਂਦੇ ਆ ਪੇ ਜਿਹੜਾ ਇਹਦਾ ਇੰਤਕਾਲ ਆ ਅੰਦਰਾਜ ਆ ਉਹ ਤਾਂ ਗੀਟਾ ਸਾਹਿਬ ਦੇ ਨਾਂ ਤੇ ਖੜਾ ਉਹ ਗਾਂ ਵੀ ਗੁਈਟਾ ਸਾਹਿਬ ਦੇ ਨਾਂ ਤੇ ਖੜਾ ਹੋਣਾ। ਕਿਉਂਕਿ ਉਹਦੀ ਜਿਹੜੀ ਮਾਲਕੀ ਆ ਉਹ ਗੀਟਾ ਸਾਹਿਬ ਦੀ ਆ ਤੇ ਅਸੀਂ 22 ਨੋਟੀਫਿਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਸਥਾਨ ਜਿਹੜਾ ਆ ਸਾਨੂੰ ਮਿਲਿਆ ਸੀਗਾ। ਫੇਰ ਉਹ ਤੋਂ ਬਾਅਦ ਇਹ ਟ੍ਰਿਬਿਊਨਲ ਦੇ ਫੈਸਲੇ ਤੋਂ ਬਾਅਦ ਇੱਕ ਕਿਉਂਕਿ ਸਾਡਾ ਸਬ ਸੈਕਸ਼ਨ ਗਾਂ 17 ਦੇ ਤਹਿਤ ਫਿਰ ਇਹ ਜਿਹੜੀ ਆ ਇਹਦੀ ਨੋਟੀਫਿਕੇਸ਼ਨ ਦੁਆਰਾ ਹੋਈ ਸੀਗੀ ਜਿਹਦੀ ਸੈਕਸ਼ਨ 17 ਦੀ ਨੋਟੀਫਿਕੇਸ਼ਨ 937 4685 ਨੂੰ ਜਿਹੜੀ ਇਹ ਕੋਈ ਫਾਈਨਲ ਨੋਟੀਫਿਕੇਸ਼ਨ ਇਹਨੂੰ ਆਪਾਂ ਕਹਿ ਲੈਨੇ ਆ ਇਸ ਨੋਟੀਫਿਕੇਸ਼ਨ ਨੂੰ ਫਿਰ ਇਹ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਉਸ ਵੇਲੇ ਦੇ ਬਰਗੇਡੀਅਰ ਖੁਸ਼ ਹਾਲ ਸਿੰਘ ਨੇ ਸੈਕਸ਼ਨ 10 ਅਧੀਨ ਇਹ ਜਿਹੜੀ ਜ਼ਮੀਨ ਸਾਡੀ ਗੁਰਦੁਆਰਾ ਸਾਹਿਬ ਦੀ 15 4 1986 ਨੂੰ ਰੇਟ ਨੰਬਰ 595 1966 ਖੁਸ਼ਪਾਲ ਖੁਸ਼ ਹਾਲ ਪਾਲ ਸਿੰਘ ਬਨਾਮ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਇਹਨੂੰ ਚੈਲੰਜ ਕੀਤਾ ਉਹਨਾਂ ਨੇ ਔਰ ਉਹਦੇ ਦੌਰਾਨ ਇਹ ਝੱਲੇ ਫੈਸਲਾ ਸਾਡੇ ਹੱਕ ਵਿੱਚ ਫੇਰ ਦੁਬਾਰਾ ਹੋ ਗਿਆ ਤੇ ਇਹਨਾਂ ਨੇ ਉਸ ਫੈਸਲੇ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਫਿਰ ਇੱਕ ਇਹ ਫੈਸਲੇ ਦੇ ਖਿਲਾਫ ਰਿਟ ਅਦਾਰਤ ਕੀਤੀ ਔਰ ਉਹਦੇ ਵਿੱਚ 9 11 87 ਨੂੰ ਇਹ ਮੈਂ ਤੁਹਾਨੂੰ ਉਚੇਚੇ ਤੌਰ ਤੇ ਹੁਣ ਦੱਸਣਾ ਚਾਹੁੰਦਾ ਆ ਕਿ 9 9 11 1987 ਨੂੰ ਮਾਸਤਵਾਨਾ ٹرسٹ ਜਿਹਦੇ ਪ੍ਰਧਾਨ ਹੁਣ ਸਰਦਾਰ ਸੁਖਦੇਵ ਸਿੰਘ ਢੀਂਟਸਾ ਆ ਉਹਨਾਂ ਨੇ ਇਹ ਉਹਨਾਂ ਦੇ ਬਿਲ ਉਹਨਾਂ ਤੋਂ ਪਹਿਲਾਂ ਦੀ ਇਹ ਜਿਹੜੀ ਸੀਗੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਧਾਰ ਹੋਈ ਸੀ ਤੇ ਉਸ ਪਟੀਸ਼ਨ ਦੇ ਵਿੱਚ ਫਿਰ ਹਾਈ ਕੋਰਟ ਨੇ ਸਟੇ ਕਰ ਦਿੱਤਾ ਸੀ 87 ਦੇ ਵਿੱਚ ਉਹ ਹੁਣ ਸੁਣਵਾਈ ਤੇ ਆਈ ਸੀਗੀ ਆ ਪਿਛਲੀ ਵੀ ਤਰੀਕ ਸੀਗੀ ਤੋਂ ਉਤ ਬਾਅਦ ਹੁਣ ਜਿਹੜੀ ਤਰੀਕ ਆ ਅਗਾਹ ਜਲਾਈ ਦੀ ਪਾ ਦਿੱਤੀ ਗਈ ਆ ਹੁਣ ਜਿਲੇ ਕਿਸੇ ਦਾ ਸਟੇ ਹੋ ਗਿਆ ਹੋਵੇ ਗਲਤੀ ਕੀ ਹੋ ਗਈ ਵੀ ਉਹ ਸਟੇ ਦੀ ਇਨਕਾਰਪੋਰੇਸ਼ਨ ਰੈਵਨਿਊ ਰਿਕਾਰਡ ਦੇ ਵਿੱਚ ਕਰਨੀ ਸੀ ਉਹ ਰੈਵਨਿਊ ਰਿਕਾਰਡ ਦੇ ਵਿੱਚ ਉਹਦੀ ਇਨਕਾਰਪੋਰੇਸ਼ਨ ਨਾ ਹੋਣ ਕਰਕੇ ਜਿਹੜੇ ਉੱਥੇ ਪ੍ਰਬੰਧਕ ਕਰਤਾ ਸੀਗੇ ਉਹਨੇ ਸੋਚਿਆ ਵੀ ਸਾਡੀ ਇਹ ਜਾਇਦਾਦ ਆ ਕਿਉਂਕਿ ਮਾਸਤਵਾਣਾ ٹرسٹ ਦਾ ਜਿਹੜਾ ਉਹਦਾ ਇੰਤਕਾਲ ਆ ਤੇ ਉਹ ਮਾਸਤਵਾਣਾ ٹرسٹੇ ਉਹਦੇ ਤੇ ਕਾਬਜਿਆ ਤੇ ਉਹਨਾਂ ਦੇ ਨਾਂ ਤੇ ਗਰਦਾਬਰੀ ਆ ਇਹਨਾਂ ਨੇ ਉਸ ਆਰ ਤਹਿਤ ਦਾਰਸ਼ਨ ਸਿੰਘ ਮੈਂ ਸਾਰੀ ਕੋਹ ਕੀਤੀ ਆ ਉੱਥੇ ਦੇ ਕਿਉਂਕਿ ਜਿੰਨੇ ਵੀ ਇਹਨਾਂ ਦੇ ਗੀਠਾ ਸਾਹਿਬ ਦੇ ਚਾਰ ਸਥਾਨ ਆ ਇੱਕ ਸਥਾਨ ਦੇ ਵਿੱਚ ਬਾਬਾ ਜੀ ਦਾ ਮੈਨੂੰ ਨਾਮ ਵਿਚਰ ਗਿਆ ਉਹ ਵਿਚਾਰਿਆਂ ਨੂੰ ਪੈਰਾਲਾਈਜ਼ ਹੋਇਆ ਜਿੱਥੇ ਇਹ ਜ਼ਮੀਨ ਜਿਹੜੀ ਆਪਣੇ ਜਿਹਦੀ ਰਜਿਸਟਰੀ ਹੋਈ ਆ ਇੱਥੇ ਸਰਦਾਰ ਦਾਰਸ਼ਨ ਸਿੰਘ ਮੈਨੂੰ ਜੋ ਟਰਸਟ ਵਾਲਿਆਂ ਨੇ ਉਹਨਾਂ ਨੇ ਦੱਸਿਆ ਢੀਂਸਾ ਸਾਹਿਬ ਦੇ ਸਹਿਯੋਗੀਆਂ ਨੇ ਉਹਨਾਂ ਦੇ ਜਨਰਲ ਸਕੱਤਰ ਕਿ ਸਾਡਾ ਕਾਗਜ਼ਾਂ ਦੇ ਵਿੱਚ ਸਿਰਫ EMPLOYEE ਆ DRIVER ਆ ਤੇ ਹੁਣ ਆਪਣੇ ਆਪ ਨੂੰ ਉਸ ਟਰਸਟ ਦਾ ਇਹ ਕਰਤਾ ਧਰਤਾ ਆਪਣੇ ਆਪ ਨੂੰ ਆਪ ਨੂੰ ਲੱਦਣ ਲਾ ਪਿਆ ਤੇ ਉਹਨੇ ਇਹ ਜਿਹੜੀ ਪੈੜੀ ਆ ਇਹ ਸਰਕਾਰ ਨੂੰ ਹਸਪਤਾਲ ਬਣਾਉਣ ਲਈ ਦੇ ਦਿੱਤੀ। ਉਹ ਮੈਂ ਸਮਝਦਾ ਕਿ ਜਿਹੜਾ ਪਹਿਲਾਂ ਹੀ ਸਟੇ ਹੋਇਆ ਹੈ ਤੇ ਉਹਨੂੰ ਪਹਿਲੀ ਪਹਿਲਾਂ ਉਹਦੀ ਰਜਿਸਟਰੀ ਕਿੱਦਾਂ ਹੋ ਗਈ? ਰਜਿਸਟਰੀ ਨਹੀਂ ਸੀ ਹੋਣੀ ਚਾਹੀਦੀ ਸੀ। ਚਲੋ ਜੇ ਹੋ ਗਈ ਰਜਿਸਟਰੀ ਇੱਕ ਪੰਜ ਮਿੰਟ ਲਈ ਆਪਾਂ ਲਾਈਏ। ਤੇ ਫਿਰ ਜਿਹੜੀ ਮਾਲਕੀ ਸਾਡੀ ਹੋ ਗਈ ਆ ਤੇ ਇਦਾਂ ਦਾ ਮੈਂ ਹੁਣ ਇੱਥੇ ਕਹਾਂ ਵੀ ਮੈਂ ਗੁਰੂਦਾਰ ਦੇ ਨਾਲ ਆ ਫਲਾਨੀ ਜਗ੍ਹਾ ਵੇਚ ਦਿੱਤੀ ਤੇ ਰਜਿਸਟਰੀ ਹੋ ਜਾਵੇ। ਉਹ ਰਜਿਸਟਰੀ ਜਿਹੜੀ ਉਹ ਨਾਲ ਐਂਡ ਬੋਇਡ ਆ ਰਜਿਸਟਰੀ ਜਿਹੜੀ ਕਾਨੂੰਨ ਮੁਤਾਬਕ ਨਹੀਂ। ਦਾਰਸ਼ਨ ਸਿੰਘ ਨੂੰ ਰਜਿਸਟਰੀ ਕਰਨ ਦਾ ਕੋਈ ਅਧਿਕਾਰ ਨਹੀਂ ਸੀ ਤੇ ਸਾਨੂੰ ਵੀ ਨਹੀਂ ਅਪਰੋਚ ਕੀਤਾ ਵੀ ਤੁਸੀਂ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵਾਲੇ ਇਹਨਾਂ ਨੂੰ 25 ਏਕੜ ਪੈੜੀ ਦੇ ਦਿਓ ਆ ਮੇਰੇ ਕੋ ਮਤੇ ਦੀ ਕਾਪੀ ਸ਼ਾਇਦ ਮੈਂ ਤੁਹਾਨੂੰ ਉਹ ਦੇ ਦੇਣਾ ਮਤੇ ਦੀ ਕਾਪੀ ਪਈ ਆ ਸਾਡੇ ਕੋਲ ਜਿਹਦੇ ਵਿੱਚ ਅਸੀਂ ਐਗਜ਼ੀਕਟਿਵ ਨੇ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਕਿਹਾ ਕਿ ਜੇ ਤੁਸੀਂ ਹਸਪਤਾਲ ਬਣਾਉਣਾ ਚਾਹੁੰਦੇ ਆਂ ਅਸੀਂ ਜ਼ਮੀਨ ਦੇਣ ਨੂੰ ਤਿਆਰ ਆਂ ਤੁਸੀਂ ਸਾਡੇ ਨੂੰ ਖਤੋ-ਖਿਤਾਬ ਸਾਡੇ ਨਾਲ ਕਰ ਲਓ ਕਾਲਜ ਬਣਾਉਣ ਨੂੰ ਤੇ ਉਹ ਕਾਲਜ ਮੈਡੀਕਲ ਕਾਲਜ ਬਣਾਉਣ ਨੂੰ ਤੇ ਡੀਸੀ ਦਾ ਮੈਨੂੰ ਟੈਲੀਫੋਨ ਵੀ ਆਇਆ ਭਈ ਅਸੀਂ ਦੱਸੋ ਜੀ ਚਿੱਠੀ ਕਿਦਾਂ ਲਿਖ ਦਈਏ ਮੈਂ ਕਿਹਾ ਤੂੰ ਜੀ ਕਾਨੂੰਨ ਮਦਾਕ ਜਿਹੜੀ ਚਿੱਠੀ ਬਣਦੀ ਆ ਸਾਨੂੰ ਲਿਖ ਦਿਓ ਫੇਰ ਇਹਨਾਂ ਨੂੰ ਉਹ ਲਾ ਲੱਗਾ ਭਈ ਜੇ ਚਿੱਠੀ ਲਿਖ ਦਿੱਤੀ ਤੇ ਸਾਡੀ ਦਾ 25 ਏਕੜ ਦੀ ਜਿਹੜੀ ਜ਼ਮੀਨ ਰਜਿਸਟਰੀ ਕੀਤੀ ਉਹ ਉਹਦਾ ਕੀ ਬਣੂਗਾ ਫੇਰ ਇਹਨਾਂ ਨੂੰ ਸੁਰਤ ਆਈ ਪਈ ਉਹ ਜਿਹੜੀ ਆਪਣੇ ਜਿਵੇਂ ਰਜਿਸਟਰੀ ਕਰਵਾ ਬੈਠੇ ਉਹ ਗਲਤ ਹੋ ਗਈ ਆ ਇਸ ਕਰਕੇ ਸਾਰੇ ਦਾ ਸਾਰਾ ਭਾਰ ਜਿਹੜਾ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਿਰ ਤੇ ਤੱਕ ਗਿਆ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਪਈ ਇਹ ਸਾਰੀ ਜਥੇਬੰਦੀ ਤੇ ਸਾਡੇ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਕੱਰੂਰ ਦੇ ਮੈਂਬਰ ਸਾਹਿਬਾਨ ਮੈਂ ਇਹਨਾਂ ਦੇ ਨਾਲ ਅਸੀਂ ਆਪਣੇ ਹਾਈ ਕੋਰਟ ਦੇ ਵਕੀਲ ਨੂੰ ਜਾ ਕੇ ਅਪਰੋਚ ਕੀਤਾ ਉਹਨਾਂ ਨੇ ਵੀ ਇਹਨਾਂ ਨੂੰ ਦੱਸਿਆ ਪਈ ਇਹ ਟਰਮ ਲਾਈਨ ਕੰਡੀਸ਼ਨ ਜਿਹੜੀਆਂ ਕਿਸ ਤੰਗ ਨਾ ਹੋਣੀਆਂ ਇਹ ਰਜਿਸਟਰੀ ਆਲਟੀਮੇਟਲੀ ਜਿਹੜੀ ਆ ਸੈਟਸਾਈਡ ਹੋਣੀ ਆ ਕਿਉਂਕਿ ਉਹਨੂੰ ਅਧਿਕਾਰ ਕੋਈ ਨਹੀਂ ਪਰ ਲੋਕਾਂ ਨੂੰ ਇਹ ਕਹੀ ਜਾਂਦੇ ਪਈ ਸਾਨੂੰ ਮੈਡੀਕਲ ਕਾਲਜ ਦੀ ਜ਼ਮੀਨ ਉਹਨੇ ਦੇ ਦਿੱਤੀ ਆ ਪਹਿਲਾਂ ਦੇਖਿਆ ਜਾਵੇ ਕਿ ਜੇ ਮੈਡੀਕਲ ਕਾਲਜ ਨੂੰ ਜ਼ਮੀਨ ਦਿੱਤੀ ਆ ਉਹਦਾ ਬੰਦੇ ਕੋਲ ਟਾਈਟਲ ਹੈਗਾ ਟਾਈਟਲ ਤਾਂ ਅੰਗੀਠਾ ਸਾਹਿਬ ਦੇ ਕੋਲ ਆ ਤੇ ਅੰਗੀਠਾ ਸਾਹਿਬ ਦੀ ਜਿਹੜੀ ਪ੍ਰਾਪਰਟੀ ਆ ਉਹ ਵਾਈ ਬਰਚੂ ਆਫ ਦਾ ਉਹ ਬੇੜੀਆਂ ਨੋਟੀਫਿਕੇਸ਼ਨ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਆ ਤੇ ਜਿਹੜਾ ਟਰਸਟ ਆ ਉਹਨੇ ਉਹ ਸਟੇ ਲੈ ਲਿਆ ਹੁਣ ਅਸੀਂ ਉਸ ਤੋਂ ਬਾਅਦ ਅਸੀਂ ਵੀ ਹਾਈ ਕੋਰਟ ਚਲ ਗਏ ਪੇ 1987 ਦਾ ਸਟੇ ਹੋ ਚੁੱਕਾ ਤੇ ਉਹਨਾਂ ਜਿਹੜੇ ਵਿੱਚ ਛੇੜਛਾੜ ਨਾ ਕੀਤੀ ਜਾਵੇ ਹੁਣ ਇੱਕ ਸਵਾਲ ਉਠਿਆ ਉਸ ਤੋਂ ਬਾਅਦ ਸਰਕਾਰ ਨੇ ਸਾਨੂੰ ਚਿੱਠੀ ਪੱਤਰ ਕੋਈ ਨਹੀਂ ਲਿਖਿਆ ਚਿੱਠੀ ਪੱਤਰ ਲਿਖਣ ਤੋਂ ਬਾਅਦ ਫਿਰ ਇਹਨਾਂ ਨਾਲ ਸਾਡੀ ਆ ਬੈਠ ਕੇ ਮੀਟਿੰਗਾਂ ਸ਼ੁਰੂ ਹੋ ਗਈਆਂ ਤੇ ਮੀਟਿੰਗਾਂ ਦੇ ਵਿੱਚ ਫਿਰ ਇਹ ਵੀ ਫੈਸਲਾ ਹੋਇਆ ਜਾ ਕੇ ਉੱਥੇ ਵੀ ਅਸੀਂ ਰਲ ਕੇ ਇੱਕ ਪਟੀ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈਏ ਹੁਣ ਇੱਥੇ ਇੱਕ ਸਵਾਲ ਉੱਠਦਾ ਵੀ ਜੇ ਹਾਈ ਕੋਰਟ ਨੇ ਸਟੇ ਕੀਤਾ ਆ 200 ਏਕੜ ਉਹ ਪੈ ਲਈ ਆ ਉਹਦੇ ਵਿੱਚੋਂ ਕਹੀਏ ਜੀ ਆ 25 ਏਕੜ ਛੱਡ ਦਿਓ ਬਾਕੀ ਹੁਣ ਕਰ ਲਓ ਕਿਉਂਕਿ ਕਾਨੂੰਨ ਦਾ ਇੱਕ ਸਿਸਟਮ ਚੱਲਦਾ ਆਪਣੇ ਢੰਗ ਦੇ ਨਾਲ ਸੋ ਉਹਦੇ ਵਿੱਚ ਅਸੀਂ ਇਹਨਾਂ ਦੇ ਨਾਲ ਬੈਠ ਕੇ ਸਾਰੇ ਮਸਵਰੇ ਵੀ ਕੀਤੇ ਇਹਨਾਂ ਨੂੰ ਅਲਟੀਮੇਟਲੀ ਕਿਹਾ ਤੇ ਹੁਣ ਵੀ ਮੈਂ ਜ਼ੋਰ ਨਾ ਕਹਿੰਦਾ ਹੁਣ ਮੈਂ ਜ਼ੋਰ ਨਾ ਇਸ ਕਰਕੇ ਕਹਿੰਦਾ ਕਿ ਬਿਵਾਦ ਪਾਈ ਜਾ ਰਹੇ ਆ ਰੋਜ਼ ਉੱਥੇ ਟਰੈਕਟਰ ਮਾਰਕ ਸ਼ੁਰੂ ਕਰਵਾਇਓ ਆ ਤੇ ਰੋਜ਼ ਅਵਾਤਵਾ ਬੋਲਦੇ ਆ ਮੇਰੇ ਖਿਲਾਫ ਵੀ ਬੋਲਦੇ ਆ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਵੀ ਤੁਸੀਂ ਕਾਨੂੰਨ ਦੀ ਅਗਿਆਨਤਾ ਬਸੇ ਸਾਰਾ ਕੁਝ ਕਰੀ ਜਾਓਗੇ ਪਹਿਲਾਂ ਤਾਂ ਤੁਸੀਂ ਦਰਸ਼ਨ ਸਿੰਘ ਵਾਲੀ ਜਿਹੜੀ ਰਜਿਸਟਰੀ ਉਹਨੂੰ ਸੈਟਸਾਈਡ ਕਰੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਾਇਦਾਦ ਦੇਣ ਨੂੰ ਤਿਆਰ ਆ ਕੋਈ ਦਿੱਕਤ ਨਹੀਂ ਸਾਨੂੰ ਲੀਜ਼ ਤੇ ਪ੍ਰਾਪਰਟੀ ਦੇਾਂਗੇ ਜਿਹੜੇ ਸਾਡੇ ਅਧਿਕਾਰ ਦੇ ਵਿੱਚ ਆਉਂਦੀ ਆ ਪਰ ਤੁਸੀਂ ਹਾਈ ਕੋਰਟ ਦੇ ਵਿੱਚ ਫਿਰ ਜਿਹੜੇ ਡੇਟ ਫਿਕਸ ਸੀ ਉਹਦੇ ਵਿੱਚ ਦਰਸ਼ਨ ਸਿੰਘ ਨੇ ਵੀ ਪਟੀਸ਼ਨ ਪਾ ਦਿੱਤੀ ਇੱਕ ਤੇ ਮੈਨੂੰ ਪਾਰਟੀ ਬਣਾਇਆ ਜਾਵੇ ਨਾਲ ਪੰਜਾਬ ਸਰਕਾਰ ਨੇ ਵੀ ਇੱਕ ਪਟੀਸ਼ਨ ਪਾ ਦਿੱਤੀ ਵੀ ਸਾਨੂੰ ਵੀ ਸੁਣਿਆ ਜਾਵੇ ਆ ਪਿਛਲੀ ਤਰੀਕ ਦੇ ਉੱਤੇ ਉਹ ਤੋਂ ਪਹਿਲੀ ਤਰੀਕ ਸੀਗੀ ਉਹ ਤੋਂ ਫਿਰ ਦੂਜੀ ਤਰੀਕ ਪਈ ਉਸ ਦਿਨ ਮਾਨਯੋਗ ਜੱਜ ਸਾਹਿਬ ਨੇ ਕਿਹਾ ਕਿ ਮੈਂ ਫਾਈਨਲ ਜੁਲਾਈ ਦੇ ਵਿੱਚ ਸੁਣੂਗੀ ਤੇ ਉਹਦੇ ਵਿੱਚ ਇਹ ਜਿਹੜੇ ਤੁਹਾਡੇ ਰਾਈਟ ਆ ਉਹਦੇ ਵਿੱਚ ਡਿਸਾਈਡ ਹੋ ਜਾਣਗੇ ਹੁਣ ਮੱਲੋ ਜੋਰੀ ਧੱਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਲਈ ਇੱਕ ਪਲੈਨਿੰਗ ਸ਼ੁਰੂ ਕਰ ਲਈ ਪੇ ਜੀ ਇਹ ਤਾਂ ਮੈਡੀਕਲ ਕਾਲਜ ਅਸੀਂ 6 ਮਹੀਨਿਆਂ ਚ ਬਣਾ ਦੇਣਾ ਇਹ ਹੁਣ ਸੋਚਣਾ ਪਊਗਾ ਵੀ ਮੈਡੀਕਲ ਕਾਲਜ 6 ਮਹੀਨਿਆਂ ਚ ਬਣ ਸਕਦਾ ਉਹ ਜਿਹੜਾ ਮਾਸਤੂਆਣਾ ਡਰਾਸ ਤੇ ਉਹ ਕਹਿੰਦੇ ਸਾਡੇ ਕੋਲ ਕਾਲਜ ਬਣਿਆ ਬਣਾਇਆ ਪਿਆ ਉੱਥੇ ਚਲਾ ਲਾ ਜੇ ਬਣਾਉਣਾ ਹੋਵੇ ਤਾਂ ਤਾਂ ਹੀ ਆ ਨਾ ਬਣਾਉਣ ਦੀ ਕੋਈ ਨੀਤ ਨਹੀਂ ਕੇਵਲ ਤਾਂ ਕੇਵਲ ਲੋਕਾਂ ਨੂੰ ਗਮਰਾਹ ਕਰ ਰਹੇ ਆ ਦੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸੰਸਥਾ ਆ ਇਹਦੇ ਨਿਜਮ ਆ ਇਹਦੇ ਨਿਜਮਾਂ ਅਨਸਾਰ ਹੀ ਕੋਈ ਪ੍ਰਧਾਨ ਜਾਂ ਐਗਜ਼ੀਕਟਿਵ ਆ ਉਹ ਕਾਨੂੰਨ ਮੁਤਾਬਕ ਚੱਲਦੀ ਆ ਤੇ ਮੈਂ ਇਹਨਾਂ ਦੇ ਨਾਲ ਬੈਠਾ ਜਾ ਕੇ ਮੈਨੂੰ ਇਲੈਕਸ਼ਨ ਦੌਰਾਨ ਵੀ ਇਹਨਾਂ ਦੀਆਂ ਗਰਖਾਨ ਜਥੇਬੰਦੀਆਂ ਨਾਲ ਸਰਦਾਰ ਗੋਬਿੰਦ ਸਿੰਘ ਜੀ ਲੋਂਗੋਵਾਲ ਆਏ ਤੇ ਬੈਠ ਕੇ ਇਹਨਾਂ ਨਾਲ ਮੈਂ ਮੀਟਿੰਗ ਵੀ ਕੀਤੀ ਮੈਂ ਕਿਹਾ ਭਈ ਦੇਖੋ ਇਹ ਜ਼ਮੀਨ ਤਾਂ ਹੈਗੀ ਟਰੱਸਟ ਦੀ ਤੇ ਟਰੱਸਟ ਦੀ ਮਾਲਕੀ ਸਰਕਾਰ ਦੀ ਨੋਟੀਫਿਕੇਸ਼ਨ ਮੁਤਾਬਕ ਹੌਣ ਚੌਵਨੀ ਖਬਰਦਾਰ ਪਰ ਉਹਨਾਂ ਦਾ ਕਮੇਟੀ ਦੀ ਹੋ ਗਈ ਤੇ ਦੂਜੇ ਪਾਸੇ ਟਰਸਟ ਜਿਹੜਾ ਢੀਂਡਸਾ ਸਾਹਿਬ ਵਾਲਾ ਆ ਉਹਨੇ ਸਟੇ ਲਿਆ ਆ ਤੇ ਧਿਰਾਂ ਦਾ ਸੀ ਦੋ ਆ ਤੇ ਹੋਰ ਦਾ ਧਿਰ ਕੋਈ ਨਹੀਂ ਉਹ ਕਹਿੰਦੇ ਨੇ ਜੀ ਸਾਨੂੰ ਵੀ ਵਿੱਚ ਇਨਵੋਲਵ ਕਰੋ ਸਾਡਾ ਵੀ ਚਿੱਠੀ ਦੇ ਵਿੱਚ ਨਾਂ ਲਿਖ ਦਿਓ ਭਈ ਇਹ ਜਿਹੜੀਆਂ ਕਿਸਾਨ ਜੂਨੀਅਨ ਜਥੇਬੰਦੀਆਂ ਆ ਇਹਨਾਂ ਦਾ ਵੀ ਵੇਜੋਗ ਦਾ ਨੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੋ ਕੋ ਭਲੇ ਦਾ ਕਾਰਜ ਹੁੰਦਾ ਤੇ ਕਰ ਲੈਣਾ ਚਾਹੀਦਾ ਪਰ ਕਾਨੂੰਨ ਨੂੰ ਨਹੀਂ ਇਥੇ ਬਦਲ ਸਕਦੇ ਕਾਨੂੰਨ ਕਾਨੂੰਨ ਦੇ ਨਾਲ ਹੀ ਚੱਲਦਾ ਫਿਰ ਉਹਨੇ ਕਹਿਣਾ ਸ਼ੁਰੂ ਕਰਤਾ ਜੀ ਇਹਨਾਂ ਦਾ ਵਕੀਲ ਤਾਂ ਉੱਥੇ ਹਾਈ ਕੋਰਟ ਦੇ ਵਿੱਚ ਬੋਲਿਆ ਵੀ ਸਾਨੂੰ ਅਧਿਕਾਰ ਹੀ ਕੋਈ ਨਹੀਂ ਉੱਥੇ ਜੋ ਬੋਲਿਆ ਉਹ ਸਾਰਾ ਕੁਝ ਪਤਾ ਇਹਨਾਂ ਦਾ ਵਕੀਲ ਵੀ ਹਾਜ਼ਰ ਸੀ ਸਾਡੇ ਵਕੀਲ ਵੀ ਹਾਜ਼ਰ ਸੀ ਟਰਸਟ ਵਾਲਿਆਂ ਦਾ ਵਕੀਲ ਵੀ ਹਾਜ਼ਰ ਸੀ ਤੇ ਮੈਂ ਟਰਸਟ ਵਾਲਿਆਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਤੁਸੀਂ ਕਿਉਂ ਨਹੀਂ ਕਾਰਜਸ਼ੀਲ ਹੁੰਦੇ ਸਟੇ ਤੁਹਾਡੇ ਹੱਕ 'ਚ ਹੋਇਆ ਸਾਡੇ ਹੱਕ 'ਚ ਦਾ ਸਟੇ ਹੋਇਆ ਵੀ ਉੱਥੇ ਬਿਲਡਿੰਗ ਨਾ ਬਣੇ ਤੇ ਜਿਹੜਾ ਤੁਹਾਡੇ ਹੱਕ ਸਟੇ ਹੋਇਆ ਆ ਉਹ ਸਟੇਤ ਹੈ ਤੁਸੀਂ ਕਿਉਂ ਨਹੀਂ ਦਰਸ਼ਨ ਸਿੰਘ ਦੇ ਖਿਲਾਫ ਪਰਚਾ ਦਰਜ ਕਰਾਉਂਦੇ ਪੇ ਨੂੰ ਟਾਈਟਲ ਕੋਈ ਨਹੀਂ ਸੀ ਇਹ ਕਿਵੇਂ ਇਹ ਨਹੀਂ ਮਾਲਕੀ ਜਿਹੜੀ ਆ ਤਬਦੀਲ ਕਰਤੀ ਆ ਸੋ ਸਰਕਾਰ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਨਾ ਆਪਾਂ ਪੂੰਜੇ ਨਾ ਪਾਈਏ ਕਾਨੂੰਨ ਕਾਨੂੰਨ ਹੀ ਹੁੰਦਾ ਸ਼੍ਰੋਮਣੀ ਕਮੇਟੀ ਵੱਲੋਂ ਪਹਿਲੇ ਮਤਾ ਪਾ ਕੇ ਦਿੱਤਾ ਉਹ ਮਨ ਕੋਲੇ ਦੇਲ ਦੇ ਨਾਲ ਕਿ ਅਸੀਂ ਪੈੜੀ ਦੇਣ ਨੂੰ ਤਿਆਰ ਆਂ ਸਰਕਾਰ ਸਾਨੂੰ ਅਪਰੋਚ ਕਰੇ ਹੁਣ ਸਰਕਾਰ ਅਪਰੋਚ ਕਰਨ ਦੀ ਬਜਾਏ ਉਲਟੇ ਪਾਸੇ ਨੂੰ ਢੇਡਾ ਦੇਣ ਲੱਪਈ ਆ ਭਈ ਸ਼੍ਰੋਮਣੀ ਕਮੇਟੀ ਜਿਹੜੀ ਇੱਕ ਹਸਤਾ ਨਹੀਂ ਬਣ ਦਿੰਦੀ ਅਸੀਂ ਕਦ ਰੋਕਦੇ ਆ ਸਾਡੇ ਦਾ ਗੁਰੂ ਰਾਮਦਾਸ ਮੈਡੀਕਲ ਇੰਸਟੀਚਿਊਟ ਯੂਨੀਵਰਸਿਟੀ ਇੱਥੇ ਸਥਾਪਿਤ ਆ ਸਾਡੇ ਕੋਲ ਇੱਥੇ ਸ਼ਹੀਦਗੰਜ ਵਿਖੇ ਹਸਪਤਾਲ ਸ਼ੋਭਧਿਆ ਸਾਡਾ ਮੇਰੀ ਪੀੜੀ ਹਸਪਤਾਲ ਚੱਲਦਾ ਇਹ ਠੀਕ ਆ ਜਿਹੜਾ ਸਾਡਾ ਫਰਜ਼ ਆ ਪਰ ਕਈ ਵਾਰੀ ਆਪਾਂ ਵੱਡੀਆਂ ਗੱਲਾਂ ਕਰਦੇ ਟੈਲੀਵਿਜ਼ਨਾਂ ਤੇ ਬੈਠ ਬੈਠ ਕੇ ਇਹ ਗੱਲਾਂ ਕਹਿੰਦੇ ਭਾਈ ਜੀ ਇਹ ਤਾਂ ਸ਼ੋਮਣੀ ਕਮੇਟੀ ਕਰਦੀ ਕੁਛ ਨਹੀਂ ਹੁਣ ਤੁਹਾਡੇ ਕੋਲੋਂ ਸਰਟੀਫਿਕੇਟ ਆਪ ਆਲਿਓ ਨਹੀਂ ਅਸੀਂ ਲੈਣੇ ਅਸੀਂ ਸਰਟੀਫਿਕੇਟ ਗੁਰੂ ਕੀ ਸੰਗਤ ਤੋਂ ਲੈਣੇ ਆ ਤੇ ਗੁਰੂ ਕੀ ਸੰਗਤ ਜਾਣਦੀ ਆ ਤੇ ਤੁਹਾਡਾ ਅੱਜ ਜਿਹੜਾ ਯਤਨ ਆ ਨਾ ਬਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਐਵੇਂ ਦੀਆਂ ਗੱਲਾਂ ਕਰ ਕਰਕੇ ਖਤਮ ਕਰ ਲਾਉਗੇ ਪਹਿਲੀਆਂ ਸਰਕਾਰਾਂ ਚੇਤੇ ਕਰ ਲਓ ਤੇ ਹੱਥ ਪਾੜ ਲਓ ਜਿਨਿਆਂ ਨੇ ਵੀ ਦਖਲਅੰਦਾਜ਼ੀਆਂ ਕੀਤੀਆਂ ਮੂੰਹ ਦੀਆਂ ਖਾਣੀਆਂ ਪਈਆਂ ਸਾਡਾ ਕੋਈ ਇਹ ਬੇਸ਼ਾਨੀ ਸਾਡਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਦੀ ਆ 103 ਸਾਲ ਦੀ ਲਗਾਤਾਰ ਦੋਇ ਜੱਥੇਬੰਦੀਆਂ ਪੈਰਲਲ ਚੱਲ ਰਹੀਆਂ ਤੇ ਤੁਸੀਂ ਅੱਜ ਇਹ ਕੋਝਾ ਯਤਨ ਕਰ ਰਹੇ ਆ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇੱਕ ਬਵੇਲਾ ਖੜਾ ਕਰ ਰਹੇ ਆ ਠੀਕ ਆ ਹਰ ਇੱਕ ਨੂੰ ਅਧਿਕਾਰ ਆ ਡੈਮੋਕ੍ਰੇਸੀ ਪਰ ਡੈਮੋਕ੍ਰੇਸੀ ਦੇ ਵਿੱਚ ਵੀ ਇੱਕ ਨਾਰਮ ਹੁੰਦੇ ਆ ਕਾਨੂੰਨ ਆਪਣੇ ਢੰਗ ਨਾਲ ਨਹੀਂ ਚਲਾਇਆ ਜਾ ਸਕਦਾ ਕਾਨੂੰਨ ਕਾਨੂੰਨ ਦੇ ਤੌਰ ਤੇ ਚੱਲਦਾ ਸੋ ਜਿਹੜਾ ਜੁਲਾਈ ਦੇ ਵਿੱਚ ਪਈ ਆ ਡੇਟ ਹਾਈ ਕੋਰਟ ਦੇ ਵਿੱਚ ਉਥੋਂ ਫੈਸਲਾ ਹੋ ਜਾਊਗਾ ਫਾਈਨਲ ਤੇ ਅਸੀਂ ਪਹਿਲੇ ਵਾਲੀ ਆਪਣੇ ਉਸ ਜਿਹੜਾ ਸਾਡਾ ਮਤਾ ਉੱਤੇ ਖੜੇ ਆ ਉਸ ਤੋਂ ਬਾਅਦ ਇੱਕ ਮਤਾ ਅਸੀਂ ਫੇਰ ਹੋਰ ਪਾਇਆ ਉਹ ਮਤਾ ਇਹਨਾਂ ਦੇ ਕਹਿਣ ਦੇ ਬਾਅਦ ਦੇ ਵਿੱਚ ਪਾਇਆ ਉਹ ਵੀ ਮਤੇ ਦੀ ਕਾਪੀ ਇਹਨਾਂ ਦੇ ਕੋਲ ਆ ਹਾਂ ਇਹਦੇ ਵਿੱਚ ਦੋ ਰਾਮਾ ਨਹੀਂ ਕੋਈ ਵੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ लीज ਤੇ ਪ੍ਰਾਪਰਟੀ ਦੇ ਸਕਦੀ ਆ ਚੰਗੇ ਭਲੇ ਦੇ ਕਾਰਜਾਂ ਲਈ ਅਸੀਂ ਕਾਹ ਚਾਹੁੰਦੇ ਆਂ ਕਿ ਮੈਡੀਕਲ ਕਾਰਜ ਨਾ ਬਣੇ ਪਰ ਜਿਹਨੇ ਬਣਾਉਣਾ ਸੀ ਉਹ ਨਹੀਂ ਬਣਾਉਣਾ ਨਹੀਂ ਅਲਝਾਇਆ ਜਾ ਰਿਹਾ ਉਹ ਅਲਝਾ ਵੀ ਇਸ ਕਰਕੇ ਪਾਇਆ ਜਾ ਰਿਹਾ ਕਿ ਜੇ ਹੁਣ ਕਾਨੂੰਨ ਦਾ ਨਿਜਮਿਆ 2 ਮਹੀਨੇ ਹੋਰ اٹਕ